ਇੱਕ ਪਾਸੇ ਜਿੱਥੇ ਭਾਰਤ ਸਰਕਾਰ ਵੱਲੋਂ ਨਾਗਰਿਕਤਾ ਸੰਸ਼ੋਧਨ ਬਿੱਲ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਕਈ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਪਿਛਲੇ ਦੋ ਦਸ਼ਕ ਤੋਂ ਭਾਰਤ ਦੀ ਨਾਗਰਿਕਤਾ ਦਾ ਇੰਤਜ਼ਾਰ ਕਰ ਰੇ ਖੰਡਾ ਵਿੱਚ ਰਹਿ ਰਹੇ ਪਾਕਿਸਤਾਨ ਤੋਂ Hindu ਤੇ Sikh ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਸਨ ਨਾ ਤਾਂ ਉਹ ਪਾਕਿਸਤਾਨ ਜਾਣਾ ਚਾਹੁੰਦੇ ਸਨ ਤੇ ਨਾ ਹੀ ਸਹੀ ਢੰਗ ਨਾਲ ਹਿੰਦੁਸਤਾਨ ਵਿੱਚ ਰਹਿ ਸਕਦੇ ਨੇ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਉਹਨਾਂ ਨੂੰ ਸਹੀ ਢੰਗ ਨਾਲ ਜੀਵਨ ਜੀਣ ਦੀ ਆਜ਼ਾਦੀ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਭ ਤੋਂ ਪਹਿਲੇ ਮੀਡੀਆ ਵੀਰਾਂ ਦਾ ਧੰਨਵਾਦ ਕਹਿਣਾ ਤੇ ਜਿਹੜੇ ਸਾਡੇ ਫੋਕਲ ਪਰਸਨ ਬੀਜਪੀ ਦੀ ਜਿਹੜੇ ਮੈਂਬਰਾਂ ਆਏ ਸਹਿਬਾਨ ਡਾਕਟਰ ਸੁਮੇਸ਼ ਬੱਤਾ ਤੇ ਉਹਦੇ ਨਾਲ ਹੋਰ ਜਿਹੜੇ ਸਾਡੇ ਵੀਰ ਆਏ ਉਹਨਾਂ ਦਾ ਤੇ ਦਿਲ ਨਾਲ ਧੰਨਵਾਦ ਕਰਨਾ ਜਿਹੜਾ ਆ ਕੇ ਅਸੀਂ ਲੋਕ ਉਥੇ ਸ਼ੁਕਰੀਆ ਅਦਾ ਕਰਨੇ ਸ਼ੁਕਰੀਆ ਵੀ ਅਦਾ ਕਰ ਲੈਣਾ ਤੇ ਨਾਲ ਵਜ਼ੀਰਾਜ਼ਮ ਹਿੰਦੁਸਤਾਨ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਜਿਹੜੇ ਸਾਢੇ ਪੀਰੋਂ ਵਨ ਕਿਉਂਕਿ ਉੱਥੇ ਮੈਂ ਇੱਕ ਪੀਰ ਛੋੜ ਕੇ ਆਇਆ ਸ਼ਾ ਮੁਹੰਮਦ ਕੁਰੇਸ਼ੀ ਜਿਹੜਾ ਮੇਰਾ ਲੰਗੋਟਿਆ ਸੀ ਜਿਹੜਾ ਫਿਰ ਉਹਨੂੰ ਪਤਾ ਲੱਗ ਗਿਆ ਕਿ ਬਲਦੇਵਿੰਦ ਹਿੰਦੁਸਤਾਨ ਚਲਾ ਗਿਆ ਤੇ ਉਸ ਦਿਨ ਉਸ ਦੀ ਜ਼ਬਾਨ ਵੀ ਲਲਖੜਾ ਗਈ ਕਿ ਕਸ਼ਮੀਰ ਜਿਹੜਾ ਹੈ ਹਿੰਦੁਸਤਾਨ ਦਾ ਹਿੱਸਾ ਹੈ ਤੇ ਮੈਂ ਬਹੁਤ ਜ਼ਿਆਦਾ ਇੱਕ ਖੁਸ਼ੀ ਦਾ ਮਹਿਸੂਸ ਕਰਨਾ ਕਿਉਂਕਿ ਮੈਂ ਤਾਂ ਆਪਣੇ ਇੱਕ ਸਾਲਮ ਮੰਗੇ ਸਿਆਸੀ ਪਨਾਹ ਮੰਗੀ ਹੈ ਠੀਕ ਹੈ ਮਗਰ ਮਗਰ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਮੇਰੇ ਵੱਸੇ ਅਸੀਸਾਂ ਤੇ ਅਰਦਾਸਾਂ ਕਰਦੇ ਪੈਣ ਅੱਜ ਕਿ ਬਲਦੇਵ ਆ ਕੇ ਹਿੰਦੁਸਤਾਨ ਆ ਕੇ ਇਹਦੇ ਚਰਨ ਇੱਥੇ ਆ ਗਏ ਤੇ ਸਨ ਨੂੰ ਨਾਗਰਿਕਤਾ ਬਿਲ ਦੀ ਸਪੋਰਟ ਮਿਲ ਗਈ ਇੱਥੇ ਸਾਡਾ ਵਾਰਡ ਨੰਬਰ 13 ਔਰ 14 ਖੰਨਾ ਦੇ ਵਿੱਚ ਕਰੀਬ 6-7 ਪਰਿਵਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ 20 ਜਾਂ 25 ਮੈਂਬਰ ਹੈਗੇ ਨੇ ਜਿਨ੍ਹਾਂ ਨੂੰ ਹਾਲੇ ਨਾਗਰਿਕਤਾ ਮਿਲਨੀ ਹਾਲੇ ਨਾਗਰਿਕਤਾ ਮਿਲਨੀ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਸਿਟੀਜ਼ਨ ਐਮੈਂਡਮੈਂਟ ਐਕਟ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਉਹਨਾਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਇਹ ਦੇ ਪ੍ਰਤੀ ਤੇ ਉਹਨਾਂ ਦਾ ਕਹਿਣਾ ਵੀ ਜਿਹੜੇ ਹੁਣ ਸਾਡੇ ਡਾਕੂਮੈਂਟ ਵਗੈਰਾ ਨਹੀਂ ਬਣਦੇ ਸੀਗੇ ਤੇ ਸਾਨੂੰ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਸੀ ਉਹ ਪਰੇਸ਼ਾਨੀਆਂ ਤੋਂ ਅਸੀਂ ਬਚ ਸਕਾਂਗੇ ਉਹ ਬੜੇ ਹੀ ਮਿਸਟਰੀਅਬਲ ਕੰਡੀਸ਼ਨਸ ਦੇ ਵਿੱਚ ਰਹਿ ਰਹੇ ਨੇ ਮਜ਼ਦੂਰੀਆਂ ਕਰ ਰਹੇ ਨੇ ਕਹਿੰਦੇ ਇਸ ਐਕਟ ਪਾਸ ਹੋਣ ਤੋਂ ਬਾਅਦ ਜਦੋਂ ਸਾਡੇ ਕੋਲੇ ਕਾਗਜ਼ ਪੱਤਰ ਹੋ ਜਾਣਗੇ ਤਾਂ ਅਸੀਂ ਨੌਕਰੀ ਦਾ ਜਾਂ ਕੋਈ ਹੋਰ ਬਿਜ਼ਨਸ ਅਸੀਂ ਆਪਣਾ ਅੱਗੇ ਖੜਾ ਕਰ ਸਕਦੇ ਹਾਂ ਇਸ ਤਰ੍ਹਾਂ ਕਿਉਂਕਿ ਇੱਥੇ ਨਾ 400 ਪਰਿਵਾਰ ਹੈ ਜੋ ਅਸੀਂ ਬਾਰੋ ਆਏ ਹੈ ਇੱਥੇ ਪਾਕਿਸਤਾਨ ਤੋਂ ਆਏ ਨੇ ਜਿਹੜੇ ਇੱਥੇ ਇੱਥੇ ਪੱਕੇ ਹੋ ਗਏ ਹਨ ਸਾਡੇ ਜਿਹੜੀ ਬਰਾਦਰੀ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਸਾਨੂੰ ਭਾਰਤ ਦੇ ਵਿੱਚ ਬਹੁਤ ਮਾਣ ਮਿਲਿਆ ਮੇਰਾ ਇੱਥੇ ਜਨਮ ਹੈ ਮੇਰੇ ਪਿਤਾ ਜੀ ਪਾਕਿਸਤਾਨ ਤੋਂ ਆਏ ਨੇ ਉਸ ਤਰ੍ਹਾਂ ਦੇ ਸਾਡੇ ਇੱਥੇ 400 ਪਰਿਵਾਰ ਨੇ ਲੇਕਿਨ ਇਸ ਤੋਂ ਬਾਅਦ ਗੱਲ ਕੀ ਹੋ ਗਈ ਸਾਡੇ ਦੋ ਦੋ ਕੌਂਸਲ ਪਾਰਸ਼ਾ ਦਿੱਥੋਂ ਜਿੱਤੇ ਹੋਏ ਨੇ ਇਲੈਕਸ਼ਨ ਇਲੈਕਸ਼ਨ ਜਿੱਤ ਕੇ ਔਰ ਸਾਨੂੰ ਇੱਥੇ ਕੋਈ ਰੋਕ ਟੋਕ ਨਹੀਂ ਹੈ ਇਸ ਕਰਕੇ ਸਾਡੇ ਜਿਹੜੇ ਬਾਕੀ ਪਰਿਵਾਰ ਨੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਕੋਲੋਂ ਕਿ ਈ ਤੋਂ ਲੈ ਕੇ 25 ਮੈਂਬਰ ਨੇ ਜਿਨ੍ਹਾਂ ਨੂੰ ਹਜੇ ਨਾਗਰਿਕਤਾ ਮਿਲੀ ਰਹਿੰਦੀ ਹੈ ਤੇ ਲੋਕਾਂ ਨੂੰ ਵੀ ਜਲਦ ਤੋਂ ਜਲਦੀ ਨਾਗਰਿਕਤਾ ਮਿਲ ਜੂਗੀ ਇਸ ਕਰਕੇ ਪਰਿਵਾਰ ਬਹੁਤ ਖੁਸ਼ ਨੇ ਇਹ ਕੇਂਦਰ ਸਰਕਾਰ ਦਾ ਧੰਨਵਾਦ ਵੀ ਕਰਦੇ ਹਨ ਪਰ ਸਰਕਾਰ ਦੀ ਸਹਿਲਾਨ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਸਭ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਵੀ ਕਰ ਰਹੇ ਨੇ ਖੰਨਾ ਤੋਂ ਰਵਿੰਦਰ ਸਿੰਘ ਢਿਲੋਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਸ ਨਾਲ ਜਾਂ ਬਿਨਾ ਆਇਲਸ ਤੋਂ ਇੱਕ ਵਾਰ ਫਲਾਈ ਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608585 ਤੇ